可以可以，把汤的。ये जवान फार्म कप्पे पानी लोड गए रे पयो ये रख लाते गए ये दम मच्छी पकड़ने आए बजन तो थोड़ा बहुत पानी कड़ा पे आओ खुलाते गए पानी यानी के या सही चोटी दे फारा मन चोटी दे बच्चे सारे शादार दे निकल दे पे ये आज हम फार्म जवान दा चोट टूट गया है ये कितना चले ने अगु जाली देवा मच्छी जे ना आवे बस लंबा फार्म वी भी के ना फार्म में भर्ती के सादा खर्चा के देखना नाज गुआज कपड़ा आ गई ने हवा आए तो पता दे दी लहर मरनी भी यही खुला थी गए पानी ਅੱਧਾ ਬੜਵਾ ਗਿੰਦਾ ਇਨਸ਼ਾਅੱਲਾ ਬੜਵਾ ਗਿੰਦਾ ਸਾਰੀ ਨੇਕੀ ਹੈ ਮੇਰਾ ਵੀਰਾ ਨੁਕਸਾਨ ਤਾਂ ਨਾ ਥੇ ਕਹੀਂ ਮੁਸਲਮਾਨ ਦਾ ਤਾਂ ਕਿ ਇਹਦਾ ਕੋਈ ਥੇ ਬੜਾ ਗਿੰਦਾ ਗੱਟੂ ਨਿਕਲ ਗਏ ਰੇ ਅਗੋ ਰੱਖਦਾ ਹੀ ਫਾਇਦਾ ਕਹਿੰਦੀ ਨਾ ਚੋਰੇ ਮਿਹਨਤ ਕੀਤੇ ਇਨਸ਼ਾਅੱਲਾ ਬਾਤ ਕੀਤੇ ਸੇ ਅੱਲਾ ਦਾ ਲੰਦਾ ਗੱਟੂ ਦਿੱਤੇ ਸੇ ਖਟੜੇ ਮਟੜੇ ਦੱਬ ਦਿੱਤੇ ਸੇ ਖੜ ਗਿਆ ਸਾਹਿਬ ਸੇ ਜਾ ਸੰਗਾ ਤੇ ਤਲਾਬਿਆ ਮੱਛੀ ਤਲਾਬਿਆ ਰੇ ਪਏ ਹੋ ਛੋਟੇ ਟੁੱਟ ਕੇ ਇਹ ਮੱਛੀ ਕੋ ਪੱਲਾ ਨਹੀਂ ਦੇਣੀ ਖੁਰਾਕ ਖਾ ਲੈਣੀ ਹੈ ਸਾਰੀ ਚਮਨ ਸੌ ਮਣਦੀ ਨਹੀਂ ਹੈ ਵੀਹ ਵਿਘੇ ਦਾ ਫਾਰਮ ਹੈ ਚੌਦਾਂ ਵਿਘੇ ਹਨ ਸੋ ਮਣੀ ਸਤ ਵੱਡੀ ਹੋਏ ਹੈ ਸੋ ਮਣ ਕੋ ਆਮ ਹੈ ਵੱਡੀ ਹੋ ਸਤ ਮੱਛੀ ਦੀ 40 ਮਣ ਦੇ ਨਾ ਉਹਦਾ ਇਹ ਕਿਹੜੀ ਮੱਛੀ ਹੈ ਦੱਸੀ ਇਹ ਵੀ ਥੇਲਾ ਥੇਲਾ ਹੈ ਖੁੱਲਾ ਹੈ ਤਾਂ ਥੇਲਾ ਹੈ ਅਸਾਂ ਸਾਰੇ ਕੋ ਡੱਪਰ ਸਰ ਨੇ ਰਹੂ ਕਿਹੜਾ ਇਹਨੇ ਗੁਦਾ ਕਿਆ ਦੇ ਸਾਰੀ ਚਨੇ 40 ਮਾਂ ਬਰਫ ਚੋ ਕੀ ਆਂਦੀ ਵੇ ਬਰਫ ਦੂ ਬੁਲਾ ਕਾਫੀ ਆ ਨਾ ਸਰਦ ਆ ਨਾ ਬਦਬੂ ਵਗੈਰਾ ਨਾ ਛੁੜੇ ਸੀ ਅਜਾ ਪਕੜ ਕੇ ਦੇ ਉਹ ਦੇ ਪਾ ਹੁਣ ਦੇ ਕਰ ਦੇ ਆ ਨਹੀਂ ਆ ਗਏ ਚੋਟੀ ਦਾ ਫਾਰਮ ਹੈ ਬਲਾ ਸਫਰ ਹੀ ਹੈ ਗੋ ਗੋਦਾ ਬੋਤਲ ਨਹੀਂ ਵੀ ਪੀਦੀ ਵੇ ਯਾਰ ਰੂਹ ਕੋ ਨਾ ਸਿਕਾਇਆ ਕਰ ਅਦਾ ਇਹ ਬੋਤਲ ਰੰਨੇ ਕਿ ਹੋਇਆ ਜਣ ਆਪ ਦੇ ਬਿੜੇ ਪਿਆ ਮਨਾ ਵੀ ਹੋਇਆ ਗੋਦਾ ਕੀ ਆਦੇ ਬਾਕੀ ਮੱਛੀ ਛੋੜਿਓ ਕਿਵੇਂ ਛੋੜੇ ਵਾਲੇ ਸੀ ਇਹ ਗੋਦਾ ਕਿਹੜਾ ਸਾਵਾ ਗਰਾਸ ਹੈ ਇਹ ਵੱਡਾ ਭਲਦੇ ਹੈ ਨਹੀਂ ਤਾਂ ਘਾਹ ਹੋਏ ਅਰੇ ਦੇ ਪਏ ਤੋਲਾਣ ਵਾਲਾ ਚੀਜ਼ ਤਾਂ ਮੱਛੀ ਦੀ ਕੈਟਾਗਰੀ ਕਰੇ ਸਨ ਕਿਲੋ ਦੀ ਡੇਢ ਕਿਲੋ ਦੀ ਅਲਹਿਦਾ ਅਲਹਿਦਾ ਕਰੇ ਸਨ ਮਤਲਬ ਵਜ਼ਨ ਮਾਣ ਵੀ ਪਤਾ ਲੱਗ ਪੈਂਦੇ ਵੇ ਇਹਦੇ ਦੇ ਪਿਓ ਸੋ ਮੇਨ ਕਿਰਦਾਰ ਇਹਦਾ ਯਾਰ ਦਾ ਵੇ ਜਿਹਨਾਂ ਨਾਲ ਬਰਫ ਫੁੜੇ ਨਾਲ ਪੀਸਾ ਪੀਸੀ ਕਰੇ ਨਾ ਤੇ ਵੱਲ ਡਾਲੇ ਵੇ ਸਾਡਨ ਤੇ ਬਰਫ ਨਾਲ ਸੱਜਣ ਇਹ ਡਾਲੇ ਵੇ ਡਾਲੇ ਦੀ ਕੀਮਤ 11 ਲੱਖ ਹੋ ਸੀ ਤਕਰੀਬਨ ਤਲੋ ਲਿਦੇ ਪਏ ਬਰਫ ਫਟੀ ਨਹੀਂ ਹੈ ਬਰਫੀ ਵਾਸਤੇ ਆਨੇ ਨਾਲ ਪੀਸਾ ਕਰਕੇ ਮੱਛੀ ਦੇ ਸਟੇ ਤਾਂ ਕਿ ਉਹ ਬਦਬੂ ਵਗੈਰਾ ਨਾ ਛੁੜੇ ਤੇ ਅੰਦਰ ਉੱਡੇ ਪਏ ਡਰਾਈਵਰ ਸਾਹਿਬ ਸੁੱਤੇ ਬਾਹਰ ਵਾਹ ਬਲੋਚ ਜਿਵੇਂ ਬਲੋਚ ਸੋਰੀ ਬੜਿਆ ਨੇ ਯਾ ਅੱਲਾ
ਸਾਤ ਪਹਿਲਾਂ ਦਾ ਬੰਦਾ ਉੱਠਿਆ ਨਾ ਤੇਰਾ ਮੈਂ ਸੁਣਦਾ ਹਾਂ ਅਸੀਂ ਮਜ਼ਦੂਰ ਹੁਣ ਤਕਰੀਬਨ 10-15 ਤੱਕ ਰਹਿ ਵੇਣਾ ਕਈ ਵੇਲੇ ਬਗਾਦੋ ਕਾਲ ਕੋਈ ਕੰਮ ਸਵਾ ਮੰਗ ਗਿਆ 7-8 ਥੀ ਵੇਣਾ ਅਤੇ ਇਹਨੇ ਕੋ ਦਿਹਾੜੀ ਮਾਸ਼ਾ ਅੱਲਾ ਚੰਗੀ ਬਚ ਵੇਣੀ ਹੈ ਯਾਰ 1000-1200 ਬਚ ਵੇਣੇ ਇਹਨੇ ਕੋ ਅਤੇ ਇਹ ਵਾਲਾ ਇਹਨੇ ਕੋ ਇੱਕ ਦਾਣਾ ਮੱਛੀ ਦਾ ਵੀ ਮਿਲ ਵੇਂਦੇ ਮੱਛੀ ਇਹਦੇ ਫਾਰਮ ਵਿੱਚੋਂ ਕੱਢਵੇਂਦਾ ਉਹ ਹੀ ਦੇਣਾ ਇਹਨੇ ਕੋ ਯਾਨੀ ਕਿ 8 ਬੰਦੇ ਹੋਏ ਅਤੇ ਇਹਨੇ ਕੋ 4-5 ਦਾਣੇ ਮਿਲ ਵੇਂਦਾ ਭਾਜੀ ਨੇ ਦਿੱਤੀ ਵੇਣੀ ਹੈ ਸ਼ੁਕਰ ਅਲਹਮਦੁਲਿਲਾ ਬੋਤਲ ਪੀ ਤੇ ਮੀਡਾ ਕਾਰ ਹੁੰਦਾ ਮੈਂ ਸਾਹਮਣੇ ਤੁਸੀਂ ਡਿੱਠਾ ਤੇ ਇਹੋ ਵੀ ਜਾ ਹਰੀ ਖਟੜੇ ਜੋਨ ਚਾਏ ਤੇ ਗੁਨਿਆ ਵਗੈਰਾ ਚਾਹਨ ਤੇ ਸਭ ਅਸਾਂ ਵੀ ਆਪ ਵੀ ਮਾਸ਼ਾਅੱਲਾ ਨਾਲ ਥੀ ਪਏ ਕਈ ਨੁਕਸਾਨ ਥਿਉਣ ਵਾਲਾ ਕਿਉਂਕਿ ਬਹੁ ਹੀ ਨੁਕਸਾਨ ਥੀ ਸਕਦਾ ਹੈ ਤਕਰੀਬਨ 15 ਕੁੰਬਰ ਅੰਦਰ ਦੇ 20 ਵਿਘੇ ਦੇ ਕਰੀਬ ਕੋਈ ਫਾਰਮ ਹੈ ਤੇ ਉਹਦੇ ਨਾਲ ਬੜਵਾ ਕੇ ਜਿਹੜੇ ਮਾਸ਼ਾਅੱਲਾ ਹੁਣ ਦੇਖੋ ਵਧੀਜ ਗਏ ਇਹ ਹੁਣ ਪਾਣੀ ਵਾਸਤੇ ਕੱਢਦਨ ਕਿਉਂਕਿ ਜਿੱਦਣ ਇਹ ਪਕੜੇ ਨਾ ਵਾਲਾ ਇਹਨਾਂ ਕੋਲ ਪਾਣੀ ਸਾਫ਼ ਕਰਨਾ ਪੈਂਦਾ ਇਹ ਵਾਲਾ ਇਹ ਨਾਲ ਥੋੜ੍ਹੀ ਬਹੁ ਮਿਹਨਤ ਇਹ ਲਾਜ਼ਮੀ ਹਰ ਫਾਰਮ 'ਤੇ ਹੁੰਦੀ ਹੈ ਪਈ ਕਿਉਂਕਿ ਪਾਣੀ ਦੀ ਨਿਕਾਸੀ ਵਾਸਤੇ ਪਾਣੀ ਕੱਢ ਛੁੱਟਣ ਵਾਲਾ ਉੱਥਾਂ ਨਵਾਂ ਜਿਹੜਾ ਬੱਚਨ ਵਾਲਾ ਸ਼ਿਫਟ ਕਰੇ ਦਨ ਅਤੇ ਤਾਜ਼ਾ ਪਾਣੀ ਵਾਲਾ ਸਿਸਟਮ ਸਾਰਾ ਸ਼ੁਰੂ ਵੱਲ ਕਰੇ ਦਨ ਇਹ